5 मिनट पढ़ लो, 10 मिनट पढ़ लो, अद्धा घंटा पढ़ लो, पर ये भी कर दियो, ये ना मैं मुड़ के हाथ खड़े करके फिर सानू गद्दा ही रखना पैंदा वे। ओ हेलो भरा, केड़ा एहो जिहा मिस्त्री जिहड़ा 100-100 के ट्रेंगा पढ़ता आया। इहनू इत्थे पा के चढ़दी कला विच होवोगे। अज व्लॉग बड़ा घैंट होने वाला जी, अपने भरा लै गए ने बैड, ते बैड लै गए ने ओनू हुण करन लगे इंस्टॉल। सो ये साडे मकैनिक साहब ने, ये साडे हैल्पर साहब ने, तो मैं भी हैल्पर आ। सो भाजी सानू दसो कि तुसीं जिहड़ा बैड लै गए जी, ओह किद्दां इंस्टॉल करन लगे जी, आ की रख्या जी तुसीं आ गोलियां जिहियां नाल? ये सारियां गोलियां नहीं गए हैगे, सारी बिट्टा। एक मिनट मैं दूजा कैमरा करदा, पहले चंगी तरह दसो सानू। ਆਪਾਂ ਬਾਕਸ ਨੂੰ ਅਨਬਾਕਸ ਕਰਾਂਗੇ, ਠੀਕ ਆ? ਓਕੇ। ਤੇ ਆਹ ਆਪਣੀ ਬਿੱਟਾਂ ਹੈਗੀਆਂ ਵਾ, ਸਟਾਰ ਬਿੱਟ ਹੈਗੀ ਆ, ਇਹ ਹੈਗੀ ਆਪਣੀ ਸਕੇਅਰ ਬਿੱਟ, ਇਹ 0.8 ਦੀ ਹੈਗੀ ਆ। ਸਾਰੀਆਂ ਬਿੱਟਾਂ ਹੈਗੀਆਂ ਵਾ, ਆਪਾਂ ਅਕੋਰਡਿੰਗ ਟੂ ਸ਼ੇਪ ਆਪਾਂ ਯੂਜ਼ ਕਰ ਸਕਦੇ ਹਾਂ, ਸਾਰੀਆਂ ਵੱਖਰੇ ਵੱਖਰੇ ਹੈਗੀਆਂ। ਓਕੇ, ਤੇ ਇਹ ਇਹ ਪੱਕਾ ਇਹੋ ਹੀ ਹੈਮਰ ਹੈਗੀ, ਹੈਮਰ ਦੀ ਵੈਸੇ ਲੋੜ ਨਹੀਂ ਪੈਣੀ, ਆਪਾਂ ਇਹਨੂੰ ਸਾਈਡ ਤੇ ਰੱਖ ਦਿੰਦੇ ਹਾਂ। ਇਹ ਆਪਣੀ ਹੈਗੀ ਕੰਪੈਕਟ ਗਨ ਜਿਹਨੂੰ ਕਹਿੰਦੇ ਆ, ਇਹਦੇ ਵਿੱਚ ਆਪਾਂ ਬੈਟਰੀ ਪਾਉਣੀ ਆ ਆਪਕੋ। ਓ ਕੀ ਬਾਤ, ਬੈਟਰੀ ਪਾ ਦਿੱਤੀ, ਆਪਾਂ ਵੇਖ ਲਈ ਕਿੰਨੀ ਪਰਸੈਂਟੇਜ ਹੈਗੀ ਆ, ਫੁੱਲ ਹੈਗੀ ਆ। ਇਹਦੇ ਵਿੱਚ ਆਪਾਂ ਇਹਨੂੰ ਅੱਗੇ ਕਰਕੇ ਤੇ ਇਹਦੇ ਵਿੱਚ ਆਪਾਂ ਬਿੱਟ ਪਾ ਦਿੰਦੇ ਆ ਆਪਕੋ। ਕੀ ਬਾਤ ਹੈ, बैटरी पाती है अपनी, दो बैटरी है। ਇੰਸਟਾਲ ਕਰਨਾ ਆ ਬੈੱਡ, ਤੇ ਉਹਦੇ ਵਾਸਤੇ ਤੇ ਮੇਰੇ ਹਿਸਾਬ ਨਾਲ ਪਲਾਸ ਹੀ ਚੱਲ ਜਾਣਾ ਆ। ਤੁਸੀਂ ਇੰਨਾ ਕੋ ਵਿਖਾਈ ਜਾਣ ਡੇ ਮੈਨੂੰ, ਹੈ ਮੈਂ ਨਾ ਜਿਹੜੀ ਹੈਗੀ ਆ ਮਿਲਵਾਕੀ, ਇਹਨੂੰ ਵੀ ਆਪਾਂ ਪ੍ਰਮੋਟ ਕਰ ਦਈਏ। ਆ ਸਟਾਰ ਬੈੱਡ ਹੈਗੀ, ਇਹਨੂੰ ਆਪਾਂ ਇਹਦੇ ਵਿੱਚ ਪਾ ਲੈਂਦੇ ਆ, ਇਹਨੂੰ ਇੱਥੇ ਪਾ ਕੇ। ਕੀ ਬਾਤ ਹੈ, ਹੋ ਗਈ, ਇਹ ਵੀ ਤਿਆਰ ਹੈ, ਵਾਹ ਚੱਲਣ ਲੱਗਾ। ਹੁਣ ਆਪਾਂ ਬਾਕਸ ਦੀ ਅਨਬਾਕਸਿੰਗ ਕਰਨੀ ਆ, ਠੀਕ ਆ? ਓਕੇ, ਤੇ ਚਲੋ ਤੁਸੀਂ ਮੇਰੇ ਨਾਲ ਜੁੜੇ ਰਹੋ। ਜੁੜੇ ਰਹੋ, ਤੂੰ ਮੈਂ ਵੀ ਬੋਲਾਂ ਹੀ ਆਪਣੇ ਆਪ ਨੂੰ। ਆਪਾਂ ਨਾ ਹੁਣ ਮੈਂ ਬਾਕਸ ਦੀ ਅਨਬਾਕਸਿੰਗ ਕਰਦਾ ਹਾਂ, ਪਰ ਚੱਕਰ ਇਹ ਵੀ ਮੈਂ ਨਾ ਵੀ ਤੂੰ ਵੀਡੀਓ ਰੀਲ ਦੇ ਵੀ ਲੈ ਮੇਰੇ ਕੋਲ ਸ਼ਾਰਟ। ਓਕੇ ਓਕੇ, ਲਓ ਜੀ ਆਹ ਆਪਣਾ ਹੈਗਾ ਆ ਬੈੱਡ ਬਾਕਸ ਜਿਹੜਾ ਆਪਾਂ ਇਹਨੂੰ ਇੰਸਟਾਲ ਕਰਨ ਲੱਗੇ ਆ। ਸੋ ਆਹ ਗੱਦਾ ਹੀ ਆ ਇਕੱਲਾ, ਤੇ ਆਹ ਆ ਬੈੱਡ। ਇਹ ਵੇਖਣ 'ਚ ਛੋਟਾ ਜਿਹਾ ਲੱਗਦਾ ਪਿਆ, ਬਟ ਜਦੋਂ ਇਹ ਬਣ ਗਿਆ, ਜਦੋਂ ਇਹਨੂੰ ਬਾਈ ਜੀ ਨੇ ਇੰਸਟਾਲ ਕਰਤਾ, ਤੇ ਬਹੁਤ ਜ਼ਿਆਦਾ ਇਹਨੇ ਵੱਡਾ ਬਣ ਜਾਣਾ। ਸੋ ਆਪਾਂ ਮਿਹਨਤੀ ਗਿਣਤੀ ਕਰਦੇ ਪਏ ਹਾਂ। ਛੱਡ ਕਿੰਨੇ ਫੁੱਟ ਦਾ ਹੈ? ਲੈ ਪੂਰੀ 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 ਤਰਖਾਣਾ ਦਾ ਮੁੰਡਾ ਆਣਾ ਫਿਰ। ਓਹ ਪੂਰੀ ਮਿਹਨਤੀ ਗਿਣਤੀ ਕਰਦਾ ਪਿਆ ਏ, ਕੋਈ ਵੀ ਕੰਮ ਕਰਨਾ ਮਿਹਨਤੀ ਗਿਣਤੀ ਬਹੁਤ ਜ਼ਰੂਰੀ ਹੈ। ਓਹੋ ਹੋ, ਕਿਆ ਬਾਤ ਹੈ, ਕਿਆ ਬਾਤ ਹੈ। ਲਓ ਜੀ ਮਿੱਤਰੋ, ਅਨਬੋਕਸਿੰਗ ਹੋ ਲੱਗੀ ਜੇ। ਲਓ ਜੀ ਤੁਸੀਂ ਵੀ ਦੇਖੋ, ਮਤਲਬ ਕਿ ਘੈਂਟ ਚੀਜ਼ ਆ, ਬਹੁਤ ਪਿਆਰਾ ਬੈੱਡ ਆ, ਤੇ ਕੁਝ ਸਮੇਂ ਤੱਕ ਇੱਥੇ ਇਹਨੇ ਇੰਸਟਾਲ ਹੋ ਜਾਣਾ ਆ। ਆਈ ਥਿੰਕ ਘੰਟਾ ਡੇਢ ਘੰਟਾ ਤੇ ਮੇਰੇ ਸਾਹਮਣੇ ਇੰਸਟਾਲ ਕਰਨ 'ਤੇ ਲੱਗ ਜਾਣਾ, ਕਿਉਂਕਿ ਛੋਟੇ ਛੋਟੇ ਪਾਰਟ ਉਹਨਾਂ ਨੂੰ ਜੋੜਨਾ ਹੈ, ਜੋੜ ਕੇ ਪੂਰਾ ਫਰੇਮ ਤਿਆਰ ਕਰਨਾ ਹੈ। ਫਰੇਮ ਤਿਆਰ ਕਰਕੇ ਹੀ ਇਹ ਬੈੱਡ ਕਾਮਯਾਬ ਇਹ ਫਿਰ ਦਿਖੂਗਾ। ਮੈਂ ਦਿਖਾਉਂਦਾ, ਕਿਆ ਬਾਤ ਹੈ। ਹਾਂਜੀ ਉਸਤਾਦ ਜੀ, ਕਿਆ ਬਾਤ ਹੈ, ਬੈੱਡ ਦੇ ਉਹ ਮਾਮਾ ਪਤਾ ਲੱਗ ਜਾਊ ਕਿਹੜਾ ਕਿੱਥੋਂ ਦਾ ਕਿਹੜਾ ਕਿੱਥੋਂ ਦਾ? ਜੇ ਸਾਨੂੰ ਨਾ ਪਤਾ, ਤਰਖਾਣਾ ਦੇ ਮੁੰਡੇ ਨੂੰ ਨਾ ਪਤਾ ਲੱਗਾ। ਮੈਨੂੰ ਇਹ ਦੱਸ ਕਿ ਯਾਰ ਇੱਥੇ ਇੰਸਟਾਲ ਕਰਨਾ ਕਿ ਬਾਹਰ ਕਰਨਾ? ਮੈਂ ਚਾਹੁੰਦਾ ਵਾ ਕਿ ਜਿਹੜਾ ਆਹ ਵਾਲਾ ਬਾਕਸ ਇੱਕ ਵਾਰੀ ਇਹਨੂੰ ਖਾਲੀ ਕਰਕੇ ਨਾ, ਇਹਨੂੰ ਸਾਰਿਆਂ ਨੂੰ ਆਪਾਂ ਇੱਕ ਸਾਈਡ ਤੇ ਲਾ ਲਈਏ, ਤੇ ਜਿਹੜਾ ਆਹ ਵਾਲਾ ਬੈੱਡ ਇਹਨੂੰ ਬਾਹਰ ਕੱਢ ਦਈਏ। ਓਕੇ, ਬਾਹਰ ਕੱਢ ਕੇ ਇਹਨੂੰ ਆਪਾਂ ਕੋਈ ਖੁੱਲੀ ਜਗ੍ਹਾ ਹੋ ਜੂਗੀ। ਓਕੇ, ਫਿਰ ਆਪਾਂ ਇੱਥੇ ਅਸੈਂਬਲ ਕਰਕੇ ਓ ਤੇ ਉਹਨੂੰ ਗੱਦੇ ਨੂੰ ਉੱਪਰ ਰੱਖ ਦਾਂਗੇ। ਓਕੇ, ਆਈ ਆਈ ਐਗਰੀ ਐਗਰੀ। ਸੋ ਹੁਣ ਡਿਸਾਈਡ ਸਾਡੇ 'ਚ ਇਹ ਹੋਇਆ ਆ ਕਿ ਆ ਸਾਰਾ ਹੀ ਜਿਹੜਾ ਗੱਦਾ ਹੋ ਗਿਆ ਹੈ ਨਾ, ਮੈਟਰਸ ਵਗੈਰਾ, ਆਹ ਸਾਰਾ ਸਿਸਟਮ ਜਿਹੜਾ ਬਾਹਰ ਕੱਢ ਦਈਏ, ਤੇ ਉਸ ਤੋਂ ਬਾਅਦ ਇਹਨੂੰ ਉਹ ਕਿਆ ਬਾਤ ਹੈ, ਵਿੱਚੋਂ ਨਿਕਲੇ ਆ ਨਟ ਬੋਲਟ, ਕਿਆ ਬਾਤ ਹੈ। ਸੋ ਇਹਨੂੰ ਕਰਕੇ ਆ ਇਹਦੀ ਧੋ ਆ, ਇਹਦੀ ਪੈਕਿੰਗ ਬਹੁਤ ਸੋਹਣੀ ਹੋਈ ਹੈ, ਪੈਕਿੰਗ। ਹਾਂ ਬਿਲਕੁਲ, ਉਹ ਯਾਰ ਪੈਕਿੰਗ 'ਚ ਨਿਗਾਹ ਲੱਗਦਾ ਪਿਆ, ਇਹਦੇ ਕਿੰਨਾ ਵੱਡਾ ਕਿੰਨਾ ਕੁਛ ਨਿਕਲੀ ਜਾਂਦਾ ਇਹਦੇ ਵਿੱਚੋਂ, ਹੈ ਕਾਫੀ ਹੈਗਾ ਹੈ। ਠੀਕ ਆ, ਵੇਖ ਸਕਦੇ ਇਹਦੀ ਆ ਡਰਾਇੰਗ, ਡਰਾਇੰਗ ਡਰਾਇੰਗ ਟੈਂਪਲੇਟ ਕਹਿੰਦੇ ਨੂੰ, ਹਾਂ ਮਤਲਬ ਡਰਾਇੰਗ ਡਰਾਇੰਗ। ਇਹਦੇ ਵਿੱਚ ਆਪਾਂ ਸਟੈਪ 1 ਸਟੈਪ 2 ਦਿਖਾਇਓ,
ਸਟੈਪ 3 ਸਾਰਾ ਕੁਝ ਦੱਸਿਆ ਇਹਦੇ ਵਿੱਚ ਇਜ਼ੀਲੀ ਵੀ ਤਰ੍ਹਾਂ ਇੰਸਟਾਲ ਕਰ ਦਿੰਦੇ ਓਕੇ ਮਤਲਬ ਕਿ ਪੂਰੀ ਜਗੜਬੰਦ ਮਾਰਿਆ ਪਿਆ ਹੋਇਆ ਕਿ ਏਦਾਂ ਹੋਣਾ ਪਿਆ ਕਰਤਾ ਜੇ ਆਪਾਂ ਕਮਰਾ ਖਾਲੀ ਉਹ ਸਿੱਧਾ ਹਿੱਕ ਚ ਵੱਜਾ ਜਾਂ ਫਟਾ ਜਾ ਕਰਤਾ ਆਪਾਂ ਰੂਮ ਖਾਲੀ ਤੇ ਇੰਜੀਨੀਅਰ ਸਾਹਿਬ ਜਿਹੜੇ ਆਉਂਦੇ ਸੀ ਕਰ ਦਾਂਗੇ ਇੰਸਟਾਲ ਉਹ ਆਪ ਪਹਿਲੇ ਹੁਣ ਪੜ੍ਹਨ ਲਈ ਦੱਸ ਇਹਦੇ ਵਿੱਚ ਅਸਲੀ ਚੱਕਰ ਪਤਾ ਕੀ ਆ ਵਾ ਕਰਨਾ ਨਹੀਂ ਹੁੰਦਾ ਬੇਸ਼ੱਕ ਤੁਹਾਨੂੰ ਆਉਂਦਾ ਵੀ ਹੋਊਗਾ ਪਰ ਇੱਕ ਵਾਰੀ ਇਹਨੂੰ ਰੀਡ ਕਰਨਾ ਬਹੁਤ ਜ਼ਰੂਰੀ ਆ ਇਹਦੇ ਨਾਲ ਆਪਣੇ ਮਾਈਂਡ ਦੇ ਵਿੱਚ ਇੱਕ ਪ੍ਰੋਜੈਕਸ਼ਨ ਹੁੰਦੀ ਆ ਵੀ ਹਾਂ ਵੀ ਆਪਾਂ ਇਹਨੂੰ ਕਿਸ ਤਰ੍ਹਾਂ ਕਰ ਸਕਦੇ ਹਾਂ ਦਿਮਾਗ ਦੇ ਵਿੱਚ ਜਿਸ ਤਰ੍ਹਾਂ ਕਹਿੰਦੇ ਹੁੰਦੇ ਫਿੱਟ ਹੋ ਜਾਂਦਾ 5 ਮਿੰਟ ਪੜ੍ਹ ਲਓ 10 ਮਿੰਟ ਪੜ੍ਹ ਲਓ ਅੱਧਾ ਘੰਟਾ ਪੜ੍ਹ ਲਓ ਪਰ ਇਹ ਵੀ ਕਰ ਦਿਓ ਇਹ ਨਾ ਮੁੜ ਕੇ ਹੱਥ ਖੜੇ ਕਰਕੇ ਫਿਰ ਸਾਨੂੰ ਗੱਦਾ ਹੀ ਰੱਖਣਾ ਪੈਂਦਾ ਹੋਵੇ ਜਿਸ ਹਿਸਾਬ ਨਾਲ ਇਹਨੇ ਢੇਰੀ ਢਾਲੀ ਆ ਨਾ ਮੈਨੂੰ ਨਹੀਂ ਲੱਗਦਾ ਇਹ ਬੈਡ ਇੰਸਟਾਲ ਕਰ ਸਕਦਾ ਆ ਚੱਕਰ ਆ ਜਾਂਦੇ ਚੱਕਰ ਦੇ ਆਉਣੇ ਹੀ ਆ ਮੇਰੇ ਹਿਸਾਬ ਨਾਲ ਗੱਦਾ ਹੀ ਸਾਨੂੰ ਦੁਬਾਰਾ ਰੱਖਣਾ ਪੈਣਾ ਇੱਥੇ ਓ ਹੈਲੋ ਓ ਭਰਾ ਕਿਹੜਾ ਇਹੋ ਜਿਹਾ ਮਿਸਤਰੀ ਜਿਹੜਾ 100-100 ਕੇ ਟਰੈਂਗਾ ਪੜਦਾ ਆ ਓ ਹੈਲੋ ਇਹ ਹੁਣ ਐਡਮ ਲਿਆ ਹੀ ਲਾਉਣਾ ਐਡਮ ਨਹੀਂ ਭਾਜੀ ਤੁਸੀਂ ਨਵਾਂ ਮਿਸਤਰੀ ਬੁਲਾ ਮੈਨੂੰ ਨਹੀਂ ਮੈਨੂੰ ਫਿਰ ਪੈਸੇ ਵੱਧ ਦਿਓ ਮੇਰੇ ਸਾਣਾ ਗੱਦਾ ਹੀ ਅੰਦਰ ਰੱਖ ਦਿੰਦੇ ਭਰਾ ਮੈਨੂੰ ਨਹੀਂ ਲੱਗਦਾ ਤੈਨੂੰ ਆਉਂਦਾ ਆ ਭਾਜੀ ਮੈਨੂੰ ਪੈਸੇ ਐਡਵਾਂਸ ਦੇ ਦਿਓ ਐਡਵਾਂਸ ਕੀਤਾ ਕੀ ਤੈਨੂੰ ਐਡਵਾਂਸ ਦੇਈਏ ਤੇਰੇ ਤਾਂ ਪਾਣੀ ਨਾ ਪਈਏ ਜਿੱਦਾਂ ਦਾ ਤੂੰ ਲੱਗਣ ਨਿਆ ਆ ਭਾਜੀ ਬਾਕਸ ਖੋਲ ਕੇ ਰੱਖ ਦਿੱਤਾ ਵਾ ਮੈਂ ਬਾਕਸ ਖੋਲਣਾ ਨਹੀਂ ਉਹਨੂੰ ਪੈਕ ਵੀ ਕਰਨਾ ਭਰਾ ਕਾਰੇ ਨੂੰ ਭਾਜੀ ਕੰਪਨੀ 'ਚ ਬੰਦਾ ਮੰਗਾ ਲਓ ਮਾੜਾ ਮਿਸਤਰੀ ਟੱਕਰ ਗਿਆ ਸਾਨੂੰ ਲੱਗਦਾ ਓ ਹੈਲੋ ਚਾਹ ਲਿਆਓ ਪਹਿਲਾਂ ਚਾਹ ਪੀਏ ਕੀਤਾ ਕੀ ਸਵੇਰ ਦਾ ਚਾਹ ਪੀਏ ਤੈਨੂੰ ਕਰ ਇਹਨੂੰ ਯਾਰ ਉਹਨੂੰ ਖਿਲਾ ਰਿਹਾ ਪਵਾ ਤਾ ਮੈਂ ਸੋਹਣਾ ਛੇਤੀ ਕਰ ਨਵੇਂ ਬੈਡ ਤੇ ਭਾਜੀ ਬੈਡ ਦੀ ਕੀ ਲੋੜ ਆ ਫਰਸ਼ ਬੜਾ ਸਾਫ਼ ਆ ਇਹ ਮੇਰੇ ਹਿਸਾਬ ਨਾਲ ਨਾ ਹੈ ਨੀ ਇਹਨੂੰ ਆਉਂਦਾ ਜਾਂਦਾ ਕੱਖ ਵੀ ਇਹਨੇ ਨਾ ਹਵਾ ਜੀ ਚ ਵੀਡੀਓ ਚ ਬੋਲਤਾ ਆ ਤਰਖਾਣਾ ਦੇ ਮੁੰਡੇ ਆ ਇੰਸਟਾਲ ਕਰਾਂਗੇ ਓਏ ਤੂੰ ਇਤਰਾ ਨਾ ਕਿਹਾ ਅਸੀਂ ਤਰਖਾਣਾ ਦੇ ਮੁੰਡੇ ਸਾਡੇ ਖੂਨ ਦੇ ਵਿੱਚ ਲਿਖਿਆ ਆ ਸਾਰਾ ਵੀ ਕਰਨਾ ਅਸੀਂ ਕਰ ਸਕਦੇ ਆ ਸਭ ਕੁਝ ਕਰ ਸਕਦੇ ਹੁਣ ਹੱਥਾਂ ਨਾਲ ਅਸੀਂ ਸੂਈ ਤੋਂ ਲੈ ਕੇ ਜਹਾਜ਼ ਤੱਕ ਬਣਾ ਸਕਦੇ ਆ ਸੂਈ ਤੋਂ ਲੈ ਕੇ ਜਹਾਜ਼ ਉਹ ਪਹਿਲੇ ਮੇਰਾ ਬੈਡ ਹੀ ਬਣਾ ਦਿਓ ਮੇਰਾ ਵੀਰ ਮੈਨੂੰ ਇੰਨਾ ਹੀ ਬਣਾਇਆ ਨਹੀਂ ਜੀ ਕੀ ਮੈਂ ਜਹਾਜ਼ ਨਾ ਖਾਵਾਂ ਜਹਾਜ਼ ਨਾ ਬਣਾ ਤੂੰ ਜਹਾਜ਼ ਜਾ ਪਹਿਲੇ ਆ ਬਣਾ ਬੈਡ ਆਵੇ ਪਹਿਲੇ ਨੇ ਤਰਾਂ ਲੋੜਾਂ ਵਾ ਤੇਰੇ ਤਰਾਂ ਲੋੜਾਂ ਉਹ ਭਰਾ ਡਰੈਂਗ ਨੂੰ ਜਹਾਜ਼ ਨਹੀਂ ਆ ਲੈ ਬਾਈ ਬਣਾ ਯਾਰ ਕਰ ਯਾਰ ਸਾਰਿਆਂ ਨੇ ਵੇਖਣਾ ਆ ਬੈਡ ਸੱਚੀ ਵੇਖਣਾ ਸਾਰਿਆਂ ਨੇ ਹਾਂ ਬਾਈ ਚੱਲ ਕਰ ਸ਼ੁਰੂ ਵਾਹ ਵਧੀਆ ਬਾਲੀ ਸਕੀਮ ਨਾਲ ਇਹ ਪੈਕ ਕੀਤਾ ਹੋਇਆ ਆ ਵੇਖੋ ਆ ਬੈਡ ਦੀ ਢੋ ਦੇ ਵਿੱਚ ਫੱਟੀਆਂ ਪਾਈਆਂ ਆ ਜਿਹੜੇ ਸਪੋਰਟ ਮਿਲਣੀ ਬੈਡ ਨੂੰ ਗੱਦੇ ਨੂੰ ਵਾਹ ਜਿਹਨੇ ਵੀ ਪੈਕ ਕੀਤਾ ਬਾਲੀ ਸਕੀਮ ਨਾਲ ਕੀਤਾ ਧਿਆਨ ਨਾਲ ਬਾਈ ਪਾੜ ਨਾ ਦੇਈ ਯਾਰ ਧਿਆਨ ਨਾਲ ਬਾਈ ਸਟੈਪ ਬਾਈ ਸਟੈਪ ਹਾਂ ਸਟੈਪ ਬਾਈ ਸਟੈਪ ਆਵੇ ਕਿੰਨੀਆਂ ਫੱਟੀਆਂ ਵਿੱਚੋਂ ਨਿਕਲ ਲਈਆਂ ਆਵੇ ਬਾਲੀ ਸਕੀਮ ਯਾਰ ਜਿਹਨੇ ਵੀ ਪੈਕ ਕੀਤਾ ਨਾ ਬਾਲੀ ਸਕੀਮ ਨਾਲ ਹੈਰੀ ਬਾ ਪੈਕ ਕੀਤਾ ਉਹਨਾਂ ਨੇ ਕੱਖ ਨਹੀਂ ਨਿਕਲ ਗਿਆ ਸਾਰਾ ਕੁਛ ਕਰ ਬੰਦ ਆ ਵੀ ਸਪੋਰਟਾਂ ਵੀ ਲੋਕ ਵੀ ਹੈਗੇ ਹੈਰੀ ਭਾ ਆ ਵੀ ਲੋਕ ਵੀ ਹੈਗੇ ਹੋਰ ਤਾਂ ਨਹੀਂ ਕੱਖ ਹੈਗਾ ਪਤਾ ਨਹੀਂ ਇੰਸਟਾਲ ਕਰਨ ਤੇ ਆਂਦੇ ਐਕਸਟਰਾ ਪੈਸੇ ਲੱਗਦੇ ਆ ਹਾਂ 50 ਰੁਪਏ ਲੱਗਦੇ ਨੇ ਕੋਈ ਫਾਇਦਾ ਨਹੀਂ ਆਹੀ ਦਾ ਵੀ ਕਰ ਲੈਣਾ ਆ ਢੋਆ ਹੁਣ ਆ ਇਹਦੇ ਥੰਮ ਜੇ ਖਿਲਾਰਦੇ ਆ ਆ ਫੱਟੀਆਂ ਨਿਕਲੀਆਂ ਵਿੱਚ ਹੁਣ ਬੈੱਡ ਬਣਾਵਾਂਗੇ ਇੱਥੇ ਲਾਉਣ ਦਾ ਦਿਮਾਗ ਮਿਸਤਰੀ ਮੈਂ ਵੀ ਲਾਉਂਦਾ ਦਿਮਾਗ ਨਾਲ ਕਰੂਗਾ ਵੀ ਕੁਛ ਕੁ ਨਹੀਂ ਇਹ ਇਹੋ ਜਿਹੇ ਮਿਸਤਰੀ ਹੁੰਦੇ ਲਾਸਟ ਤੇ ਕਹਿੰਦੇ ਭਾਅ ਜੀ ਕਿ ਸਿਆਣੇ ਮਿਸਤਰੀ ਨੂੰ ਬੁਲਾ ਲਓ ਸ਼ੁਗਰ ਆ ਥੋੜ੍ਹੀ ਢੋ ਤੇ ਦਿਖੀ ਬੈੱਡ ਦੀ
असैम्बल कर दिती हुई है ते थोड़ी उम्मीद हुण जाग गई है कि ये साडा बैड इंस्टॉल करके ही छड्डूगा। सो ढो कर दिते हुए इंस्टॉल अब दो पार्ट जोड़ दिते हुए उधर दो मामा जी वक् वक् हो गए जोड़ने। अच्छा ठीक है फिर ठीक है। सो पूरा तैयार हो जूगा तुहानू उदों विखावांगे ते थोड़ी उम्मीद हैगी कि मिस्त्री हुण कम कर दूगा। फाइनली मिस्त्री साहब ने ढो असैम्बल कर दिती थोड़ी जी उम्मीद होर वध गई। मिस्त्री साहब हुण तुहाडी चाह बनदी जे पर पहले थोड़ा ढांचा तैयार कर दो फिर पीने कठी नहीं हूं एक बार थक गया ढो अद्धी तो मैं मदद कराई दी नेरा नूरा नहीं अज करके जाओगे अज मैं सोना तो सोना इसे बैठ जा करो करो चलो बाकी तो इसे बैठ तो सोना है चलो चलो सुट ला दे करो लगा मिस्त्री जोरा जोरा दे जरूर पानी चाहिए आवले स्क्रू है साइज तो अपना पता लग जाता वा देखो वा छोटा है वा ठीक है तेन सारे लोग आले दुआले पिंड गल भी सुनाई जा काम भी करी जाए अपना बेस तैयार हो लगा वा साइडा साइड भी होगा वा फ्रंट व्यू टॉप व्यू आप सारा चेक करा इस करके अपन चलो जी आए अपनी ढो अपनी लेंथ अपना मिस्त्री फ्रेम त्यार बस विच फट्टियां ला के गद्दा भी त्यार आ कहिंदे मिस्त्री दे सानू यकीन सी ओहो ਮਿਸਤਰੀ ਸਾਹਿਬ ਅੱਗੋਂ ਕੀ ਕਰਨਾ ਹੁਣ ਫੱਟੀਆਂ ਲਾਉਣੀਆਂ ਨੇ ਵਿੱਚ ਬਸ ਹੁਣ ਫੱਟੀਆਂ ਲਾ ਕੇ ਬਸ ਫਰੇਮ ਸਟਰਕਚਰ ਦੇ ਆ ਕੇ ਗੱਦਾ ਤੋੜ ਮੇਰੀ ਗੱਲ ਸੁਣ ਸਾਰੇ ਪਾਸੋਂ ਚੰਗੇ ਤਾਂ ਕਸਤਾ ਨਾ ਇਹਨਾਂ ਬੈਂਦਾ ਸਾਰੇ ਬੰਦਾ ਡਿੱਗ ਜੇ ਇਹਨਾਂ ਤੁਸੀਂ ਬਾਰ ਬਾਰ ਡਿੱਗੋ ਦੇਖੋ ਓਹੋ ਇਹਨਾਂ ਨੇ ਡਿੱਗਣਾ ਹੈ ਮਿਸਤਰੀ ਸਾਹਿਬ ਨੇ ਤਿਆਰ ਕਰ ਦਿੱਤਾ ਆ ਬੈੱਡ ਪੂਰਾ ਯਾਰ ਪੂਰਾ ਸਖਤ ਹੋ ਗਿਆ ਬਈ ਕੰਮ ਹੈ ਪੂਰਾ ਮਤਲਬ ਕਿ ਐ ਜੋੜਤਾ ਬੈੱਡ ਤੁਸੀਂ ਕਿਆ ਬਾਤ ਹੈ ਜੀ ਕਿਆ ਬਾਤ ਹੈ ਜੀ ਕਿਆ ਬਾਤ ਹੈ ਮਿਸਤਰੀ ਸਾਹਿਬ ਨੇ ਐਂਡ ਕਰਾ ਦਿੱਤੀ ਆ ਕਿਆ ਬਾਤ ਹੈ ਜੀ ਚੈੱਕ ਕਰੋ ਪੂਰੀ ਹੁਣ ਤਾਂ ਤੁਹਾਨੂੰ ਮੇਰੇ ਤਾਂ ਰੋਟੀ ਖਵਾਈ ਨਾ क्या बात है बहुत वधिया इंस्टॉल कर दिता यार क्या बात है अजे वेखो थोड़ा रह गया बस 20-30% रह गया कम वो बस होने वाला क्या बात है जी मिस्त्री साहब ने बैड इंस्टॉल कर दिता है देखो उपर अं गद्दा भी रख दिता है तो घैन गल बात हो गई है जी क्या बात है जी चेक करो एटो आ प्लस उपर गद्दा है तो बैड आ फाइनली साडा बैड भी रेडी हो गया आ प्लस नवी चादर कढ के बैग चो तो चादर भी विछाती है सो तुसी देख सकते हो बैड बिल्कुल रेडी है तो जिहड़ा ये साडा मिस्त्री है यदा कॉन्टैक्ट नंबर मैं कैप्शन च पा दूंगा।